ਸਭਨਾਂ ਨੇ ਪ੍ਰਾਰਥਨਾ ਦੇ ਹਿਰਦੇ ਦੇ ਨਾਲ ਖੜੇ ਹੋ ਜਾਓ। ਸਭ ਜਨ ਪ੍ਰਾਰਥਨਾ ਦੇ ਹਿਰਦੇ ਦੇ ਵਿੱਚ ਖੜੇ ਹੋ ਜਾਓ। ਕਿਸੇ ਵੀ ਪ੍ਰਕਾਰ ਦੀ ਡਿਸਟਰਬੈਂਸ ਨਾ ਕੀਤੀ ਜਾਵੇ। ਇੱਕ ਆਤਮਿਕ ਮਾਹੌਲ ਕ੍ਰੀਏਟ ਕਰਨਾ ਹੈ, ਪਰਮੇਸ਼ਵਰ ਦੀ ਆਤਮਾ ਨੂੰ ਸਮਾਂ ਦੇਣਾ। ਓ ਜੀ ਜਿਸ ਧੰਨਵਾਦ, ਹਾਲੇਲੂਯਾ। ਕਿ ਪਰਮੇਸ਼ਵਰ ਦਾ ਆਤਮਾ ਸਾਡੀ ਜ਼ਿੰਦਗੀਆਂ ਨੂੰ ਆਪਣੇ ਕਾਬੂ ਦੇ ਵਿੱਚ ਲਵੇ। ਪਰਮੇਸ਼ਵਰ ਦੇ ਦਾਸ ਸਾਡੇ ਵਿਚਕਾਰ ਆ, ਉਹ ਪਰਮੇਸ਼ਵਰ ਦੇ ਸਨੇਹ ਨੂੰ ਲੈ ਕੇ ਪੂਰੀ ਤਿਆਰੀ ਦੇ ਨਾਲ ਸਾਡੇ ਵਿੱਚ। ਸਭ ਜਨ ਆਪਣੇ ਹੱਥਾਂ ਨੂੰ ਉਠਾਓ। ਪਰਮੇਸ਼ਵਰ ਨੂੰ ਪੁਕਾਰੋ, ਕਿਉਂਕਿ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਜੋ ਮੈਨੂੰ ਆ ਜਾ ਯੇਸ਼ੂ ਰਾ ਮੈਂ ਉਹਨੂੰ ਦਿੰਦਾ ਹੈ। ਜੀਸਸ ਕਿਉਂ ਲਾਇਆ ਦੂਰ ਦਿਲ ਹੋ ਗਿਆ।